ਅਸਲਾਮ ਵਾਲੇਕਮ ਦੋਸਤੋ ਅੱਜ ਫੇਸਬੁਕ ਤੇ ਟਵਿੱਟਰ ਤੇ ਤੇ ਇੱਕ ਦੋ ਹੋਰ ਜਗ੍ਹਾ ਦੇ ਉੱਤੇ ਵੀ ਵਟਸਐਪ ਗਰੁੱਪਾਂ ਦੇ ਵਿੱਚ ਵੀ ਇੱਕ ਟ੍ਰੈਂਡ ਚੱਲ ਰਿਹਾ ਸੀ ਜੀ ਤੁਸੀਂ ਚੀਨੀ ਛੋੜ ਦਿਓ ਤੇ ਗੁੜ ਪੀਣਾ ਸ਼ੁਰੂ ਕਰ ਦਿਓ ਤਾਂ ਕਿ ਚੀਨੀ ਦੇ ਜਿਹੜੇ ਜਿਹੜੇ ਕੀ ਕਹਿੰਦੇ ਨੇ ਚੀਨੀ ਮਾਫੀਆ ਜਿਹੜੀ ਹੈ ਇਹਨਾਂ ਨੂੰ ਪਤਾ ਲੱਗੇ ਤੇ ਗੋੜਾ ਵਾਲੇ ਕਿਸਾਨ ਭਾਈਆਂ ਨੂੰ ਫਾਇਦਾ ਪਹੁੰਚੇ ਜ਼ਿਆਦਾ ਤਦਾਦ ਦੇ ਜਿਹੜੇ ਕਿਸਾਨ ਨੇ ਸਾਡੇ ਉਹਨਾਂ ਨੂੰ ਫਾਇਦਾ ਪਹੁੰਚੇ ਬਹੁਤ ਹੀ ਅੱਛੀ ਔਰ ਬਹੁਤ ਹੀ ਪਿਆਰੀ ਗੱਲ ਸੀ ਇਸ ਤਰ੍ਹਾਂ ਕਰਨਾ ਚਾਹੀਦਾ ਹੋਣਾ ਵੀ ਚਾਹੀਦਾ ਕਿ ਮਾੜੇ ਬੰਦੇ ਨੂੰ ਫਾਇਦਾ ਪਹੁੰਚੇ ਪਰ ਪ੍ਰੋਬਲਮ ਇਹ ਕਿ ਪ੍ਰੋਬਲਮ ਇਹ ਕਿ ਕਰੋਨਾ ਆਇਆ ਟ੍ਰੈਂਡ ਚੱਲਿਆ ਜੀ ਸਨਾ ਮੱਕੀ ਜਿਹੜੀ ਹੈ ਉਹ ਤੁਸੀਂ ਪੀਓ ਉਹਦਾ ਕਾਵਾ ਤੇ ਕਰੋਨਾ ਨਹੀਂ ਹੋਣ ਲਗਾ ਤੇ ਸਾਡੇ ਭਰਾ ਜਿਹੜੇ ਨੇ ਉਹਨਾਂ ਨੇ ਕੀ ਕੀਤਾ ਉਸ ਨਾਮਕੀ ਜੜੀ ਮੇਰੇ ਹਾਂ 100 ਰੁਪਏ ਦੀ ਪਾਲਪਦੀ ਸੀ ਐਂ ਜੀ ਉਹ ਤੋਲਿਆਂ ਦੇ ਹਿਸਾਬ ਚ ਵੇਕਣ ਲੱਪਈ ਗਰਾਮਾਂ ਚ ਵੇਕਣ ਲੱਪਈ ਕਿਉਂਕਿ ਉਹ ਤੁਸਾਂ ਸੁਣੇ ਆ ਤੇ ਹੁਣ ਇਹਨਾਂ ਕਿ ਅੱਲਾਹ ਤਾਲਾ ਉਸ ਕੌਮ ਦੇ ਉੱਤੇ ਜਿਸ ਤਰ੍ਹਾਂ ਦੀ ਹੁੰਦੀ ਉਸ ਤਰ੍ਹਾਂ ਦੇ ਹੁਕਮਰਾਨ ਵੀ ਭੇਜਦਾ ਠੀਕ ਹੈ ਤੇ ਤੇ ਜੇ ਅਸੀਂ ਹੁਣ ਗੁੜ ਪੀਣ ਲੱਪ ਵੀ ਇਹ ਚੀਨੀ ਛੋੜ ਕੇ ਤੇ ਗੋੜਾ ਵਾਲੇ ਭਰਾ ਫਿਰ ਕੀ ਕਰਨ ਦੇ ਮੇਰੇ ਖਿਆਲ ਨਾਲ ਉਹ ਚੀਨੀ ਨਾਲੋਂ ਵੀ ਮਹਿੰਗਾ ਹੋ ਜਾਏਗਾ ਠੀਕ ਹੈ ਤੁਸੀਂ ਜੀ ਗੁੜ ਜ਼ਰੂਰ ਪੀਓ ਤਾਂ ਕਿ ਮਾੜੇ ਬੰਦੇ ਨੂੰ ਵੀ ਉਹਦਾ ਕੋਈ ਫਾਇਦਾ ਪਹੁੰਚੇ ਬਲਜਾਏ ਇਸ ਦੇ ਕਿ ਜਿਹੜੇ ਮਿਲੀਅਨੈਰ ਨੇ ਚੀਨੀ ਮਾਲਕਾਂਨ 슈ਗਰ ਮਿਲਾਂ ਦੇ ਮਾਲਕ ਉਹਨਾਂ ਨੂੰ ਫਾਇਦਾ ਨਾ ਨਾ ਪਹੁੰਚੇ ਜਾਂ ਘਾਟ ਪਹੁੰਚੇ ਠੀਕ ਹੈ ਭਰ ਬੇਤਰੀਨ ਹਾਲ ਹੈ ਵੇ ਕਿ ਇੱਕ ਮਿਸਾਲ ਸੁਣੀ ਸੀ ਨਿਕਿਆ ਹੁੰਦਿਆਂ ਤੇ ਚੀਨ ਦੇ ਵਿੱਚ ਉਹਨਾਂ ਨੂੰ ਮਿੱਠੇ ਦੀ ਕਮੀ ਆ ਗਈ ਤੇ ਉਹਨਾਂ ਚੀਨੀਆਂ ਨੇ ਮਿੱਠਾ ਪੀਣਾ ਹੀ ਛੱਡ ਦਿੱਤਾ ਤੇ ਤੁਸੀਂ ਇੰਜ ਕਿਉਂ ਨਹੀਂ ਕਰਦੇ ਲਓ ਜੀ ਜਿਹੜਾ ਜਿਹੜਾ ਭਰਾ ਵਾਕਈ ਉਹ ਜਿਹੜੇ ਘੋੜਾ ਵਾਲੇ ਮੈਸੇਜ ਚ ਲਾ ਰਹੇ ਨੇ ਜੇ ਉਹ ਵਾਕਈ ਮੁਹੱਬਤ ਵਤਨ ਨੇ ਜਾਂ ਕੀ ਕਹਿੰਦੇ ਨੇ ਵਤਨ ਦੀ ਮੁਹੱਬਤ ਦੇ ਵਿੱਚ ਨਿਲਾਚਾਰ ਨੇ ਜਾਂ ਮੇਰੇ ਸਮੇਤ ਜਾਂ ਸਾਡੇ ਸਾਰਿਆਂ ਦੇ ਸਮੇਤ ਜਿਹੜੇ ਬਹੁਤ ਹੀ ਪਿਆਰ ਕਰਦੇ ਨੇ ਪਾਕਿਸਤਾਨ ਨੂੰ ਤੇ ਵਾਦਾ ਕਰੋ ਜੀ ਘੱਮ ਜ਼ ਘੱਮ 2 ਮਹੀਨੇ ਅਸੀਂ ਇੱਕ ਚਮਚੀ ਜਿਹੜੀ ਰੋਜ਼ਾਨਾ ਦੀ ਸਿਰਫ ਇੱਕ ਚਮਚੀ ਮਿੱਠਾ ਇਸਤੇਮਾਲ ਕਰਾਂਗੇ ਇਸ ਤੋਂ ਬਾਅਦ ਮਿੱਠਾ ਨਹੀਂ ਇਸਤੇਮਾਲ ਕਰਨਾ ਮੈਂ ਛੱਡਣ ਦਾ ਵੀ ਨਹੀਂ ਕਹਿੰਦਾ ਠੀਕ ਹੈ ਜੀ ਇੱਕ ਚਮਚੀ ਮਿੱਠਾ ਰੋਜ਼ਾਨਾ ਇਸਤੇਮਾਲ ਕਰਾਂਗੇ ਗੁੜ ਕਰ ਲਓ ਚੀਨੀ ਕਰ ਲਓ ਕੁਝ ਵੀ ਕਰ ਲਓ ਮਿੱਠਾ ਸਿਰਫ ਇੱਕ ਚਮਚੀ ਤੋਂ ਜ਼ਿਆਦਾ ਅਸੀਂ 2 ਮਹੀਨੇ ਨਹੀਂ ਇਸਤੇਮਾਲ ਕਰਾਂਗੇ ਛੱਡ ਦਿਓ ਲੰਮੀਆਂ ਗੱਲਾਂ ਠੀਕ ਹੈ ਜੀ ਜਿਹੜੇ ਜਿਹੜੇ ਵੀ ਬੜੇ ਪਿਆਰ ਕਰਦੇ ਨੇ ਆਪਣੇ ਕਿਸਾਨਾਂ ਨੂੰ ਜਾਂ ਜਿਹੜੀ ਇਹੋ ਜੀਆਂ ਗੱਲਾਂ ਲਿਖ ਰਹੇ ਨੇ ਕਿ ਇੰਜ ਹੋਵੇਗਾ ਤੁਸੀਂ ਸਾੜ ਜੀ ਗੁੜ ਲੈਣਾ ਸ਼ੁਰੂ ਕਰ ਦਿਓ ਚੀਨੀ ਛੱਡ ਕੇ ਤੇ ਗੁੜ ਵੇਖਿਓ ਜੇ ਅੱਜ ਸ਼ਹਿਦ ਨਾਲੋਂ ਮਹਿੰਗਾ ਵੀ ਨਾ ਹੋ ਗਿਆ ਤੇ ਗੱਲ ਕਰ ਲਿਓ ਕਿਉਂਕਿ ਸਾਡੀ ਜਿਹੜੀ ਉਹ ਕੀ ਕਹਿੰਦੇ ਨੇ ਹਾਂਜੀ ਸਮਝਦੇ ਪੈਣਾ ਉਹ ਲਫ਼ਜ਼ ਨਹੀਂ ਹੁਣ ਮੈਂ ਕਹਿਣਾ ਚਾਹ ਰਿਹਾ ਉਹ ਇਸ ਤਰ੍ਹਾਂ ਦਾ ਹੈ ਕਿ ਬਖਸ਼ਦੇ ਅਸੀਂ ਆਪਣੇ ਘਰ ਵਾਲਿਆਂ ਨੂੰ ਮਿਨੀ ਹੈ ਠੀਕ ਹੈ ਜੀ ਤੇ ਬਾਕੀ ਕੀ ਰਹਿ ਗਿਆ ਤੇ ਇਸ ਗੱਲੇ ਜਿਹੜੇ ਜਿਹੜੇ ਬੰਦੇ ਐ ਘੋੜਾ ਵਾਲਾ ਮੈਸੇਜ ਚਲਾ ਰਹੇ ਨੇ ਉਹਨਾਂ ਅੱਗੇ ਅਪੀਲ ਹੈ ਇਲਤਜਾ ਹੈ ਕਿ ਨਾਲ ਇਹ ਵੀ ਲਿਖ ਦੇਣ ਕਿ ਬਿਹਤਰ ਇਹ ਏ ਕਿ ਤੁਸੀਂ ਆਪਣਾ 2 ਮਹੀਨੇ ਬਾਅਦ ਸਿਰਫ ਇੱਕ ਚਮਚੀ ਘੋੜ੍ਹ ਕਰ ਲੋ ਚੀਨੀ ਕਰ ਲੋ ਜੋ ਵੀ ਮਿੱਠਾ ਇੱਕ ਚਮਚੀ ਤੋਂ ਬਾਅਦ ਤੁਸੀਂ ਮਿੱਠਾ ਰੋਜ਼ਾਨਾ ਦਾ ਇੱਕ ਚਮਚੀ ਤੋਂ ਉੱਤੇ ਮਿੱਠਾ ਨਹੀਂ ਇਸਤੇਮਾਲ ਕਰੋਗੇ ਸਿਹਤ ਵੀ ਮਾਸ਼ਾਅੱਲਾ ਠੀਕ ਹੋ ਜਾਏਗੀ ਔਰ ਬਚਤ ਵੀ ਹੋ ਜਾਏਗੀ ਮੁਲਕ ਨੂੰ ਵੀ ਫਾਇਦਾ ਪਹੁੰਚੇਗਾ ਤੁਹਾਨੂੰ ਵੀ ਫਾਇਦਾ ਪਹੁੰਚੇਗਾ ਠੀਕ ਹੈ ਮਿੱਠਾ ਸਿਹਤ ਵਾਸਤੇ ਤੇ ਵੈਸੇ ਵੀ ਨਹੀਂ ਚੰਗਾ ਠੀਕ ਹੈ ਜੀ ਤੇ ਆਓ ਵਾਅਦਾ ਕਰੋ ਜੀ ਮੈਂ ਤੁਹਾਡੇ ਨਾਲ ਆ ਇੱਕ ਚਮਚੀ ਲਓ ਅੱਜ ਤੋਂ ਬਾਅਦ ਜਨਾਬ ਸਿਰਫ ਰੋਜ਼ਾਨਾ ਦੀ ਇੱਕ ਚਮਚੀ ਮਿੱਠੇ ਦੀ ਇਸਤੇਮਾਲ ਹੋਵੇਗੀ ਠੀਕ ਹੈ ਜੀ 2 ਮਹੀਨੇ 2 ਮਹੀਨਿਆਂ ਦਾ ਟਾਈਮ ਹੈ ਇਹ ਵੀਡੀਓ YouTube ਤੇ ਅਪਲੋਡ ਕਰ ਦੇਣੀ ਹੈ ਤੇ ਉਸ ਤੋਂ ਬਾਅਦ 2 ਮਹੀਨੇ ਤੱਕ ਸਿਰਫ ਇੱਕ ਚਮਚੀ ਚੱਲੇਗੀ ਰੋਜ਼ਾਨਾ ਦੀ ਪੂਰੇ ਦਿਨ ਦਿਨ ਯਾਨੀ 24 ਘੰਟਿਆਂ ਚ ਸਿਰਫ ਇੱਕ ਚਮਚੀ ਮਿੱਠਾ ਪੀਣਾ ਉਸ ਤੋਂ ਲੱਗੇ ਨਹੀਂ ਜਾਣਾ ਲੋ ਜੀ ਭਰਾਓ ਜਿਨ੍ਹਾਂ ਨੂੰ ਕੋਈ ਮੇਰੀ ਗੱਲ ਮਾੜੀ ਲੱਗੀ ਹੋਵੇ ਤੇ ਮਾਫ਼ਰਤ ਤੇ ਜਿਹੜੇ ਸਮਝਦੇ ਨੇ ਕਿ ਗੱਲ ਤੇ ਠੀਕ ਹੈ ਉਹ ਅਮਲ ਵੀ ਕਰਿਓ